ਰੰਗੀਨ ਫਿਲਮ ਵਿੱਚ ਆਪਣੀ ਰੰਗੀਨ ਮਜਾਜੀ ਨਾਲ ਚਰਚਾ ਵਿੱਚ ਆਇਆ ਸੁੱਚਾ ਸਿੰਘ ਲੰਗਾ ਹੁਣ ਸੁੱਚਾ ਹੋਣ ਦੀਆਂ ਕੋਸ਼ਿਸ਼ਾਂ ਵਿੱਚ ਹੈ। ਇੱਕ ਔਰਤ ਵੱਲੋਂ ਬਲਾਤਕਾਰ ਦੇ ਦੋਸ਼ ਅਸ਼ਲੀਲ ਵੀਡੀਓ ਸਮੇਤ ਸਾਹਮਣੇ ਆਉਣ ਤੋਂ ਬਾਅਦ ਸੁੱਚਾ ਸਿੰਘ ਲੰਗਾ ਜੇਲ੍ਹ ਦੀ ਹਵਾ ਵੀ ਖਾ ਚੁੱਕਾ ਹੈ ਅਤੇ ਕਾਨੂੰਨੀ ਘੁੰਮਣਘੇਰੀਆਂ ਚੋਂ ਲੰਘਦਿਆਂ ਬੇਸ਼ੱਕ ਕਾਨੂੰਨੀ ਤੌਰ ਤੇ ਇਨ੍ਹਾਂ ਇਲਜ਼ਾਮਾਂ ਤੋਂ ਪਿੱਛਾ ਛੁਡਾ ਚੁੱਕੇ ਹੋਣ, ਪਰ ਚਿੱਟੇ ਕੱਪੜਿਆਂ ਤੇ ਲੱਗੇ ਇਹ ਦਾਗ ਉਸਦਾ ਪਿੱਛਾ ਨਹੀਂ ਛੱਡ ਰਹੇ ਅਤੇ ਹੁਣ ਇਹ ਦਾਗ ਧੋਣ ਦੀ ਤਿਆਰੀ ਹੈ। ਅਸ਼ਲੀਲ ਵੀਡੀਓ ਕਾਰਨ ਸਿੱਖ ਪੰਥ ਵਿੱਚੋਂ ਕੱਢਿਆ ਗਿਆ ਸਾਬਕਾ ਮੰਤਰੀ ਅਤੇ SGPC ਮੈਂਬਰ ਸੁੱਚਾ ਸਿੰਘ ਲੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਪਹੁੰਚ ਆਪਣੀ ਗਲਤੀ ਦਾ ਪਸ਼ਚਾਤਾਪ ਕਰ ਰਿਹਾ ਹੈ। ਆਪਣੇ ਸਮਰਥਕਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਉਹਨਾਂ ਨੇ ਇੱਥੇ ਖਿਮਾ ਜਾਚਣਾ ਦੀ ਬੇਨਤੀ ਕੀਤੀ ਅਤੇ ਇਸ ਸੰਬੰਧੀ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ PA ਨੂੰ ਸੌਂਪਿਆ। ਸੁੱਚਾ ਸਿੰਘ ਲੰਗਾ ਦਾ ਕਹਿਣਾ ਹੈ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਆਇਆ ਹੈ। ਉਹਨਾਂ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਸਿੱਖ ਪੰਥ ਵਿੱਚ ਵਾਪਸ ਲਿਆ ਜਾਵੇ। ਦਫ਼ਤਰ ਵਿੱਚ ਅਸੀਂ ਆਏ ਹਾਂ, ਇੱਥੇ ਅਸੀਂ ਆਪਣਾ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਕਿ ਮੈਂ ਨਿਮਾਣੇ ਸਿੱਖ ਦੇ ਤੌਰ 'ਤੇ ਪੇਸ਼ ਹੋਇਆ ਵਾਂ ਅਤੇ ਮੈਨੂੰ ਪੰਥ ਵਿੱਚ ਜਿਹੜਾ ਵਾ ਵਾਪਸ ਲਿਆ। ਦੱਸ ਦਈਏ ਕਿ ਸੁੱਚਾ ਸਿੰਘ ਲੰਗਾਹ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਨਜ਼ਰ ਆਇਆ ਸੀ, ਇਸ ਕਰਕੇ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਰਟੀ 'ਚੋਂ ਕੱਢ ਦਿੱਤਾ ਸੀ, ਇਸ ਲਈ ਉਸਦਾ ਸਿਆਸੀ ਕੈਰੀਅਰ ਠੱਪ ਹੋਇਆ ਪਿਆ ਸੀ। ਹਾਲਾਂਕਿ ਆਪਣੇ ਇਸ ਆਗੂ ਦੀ ਰੰਗੀਨ ਮਜਾਜੀ ਦੀ ਵਜ੍ਹਾ ਨਾਲ ਅਕਾਲੀ ਦਲ ਨੇ ਬਾਹਰੋਂ ਬਾਹਰੋਂ ਇਸ ਨਾਲ ਦੂਰੀਆਂ ਬਣਾ ਲਈਆਂ ਹੋਣ, ਪਰ ਅੱਜ ਵੀ ਇਹ ਸੱਚਾਈ ਸੀ ਕਿ ਉਹ ਅੰਦਰ ਖਾਤੇ ਸਿਆਸੀ ਹਲਕਿਆਂ ਵਿੱਚ ਖੁੱਲ੍ਹ ਕੇ ਵਿਚਰ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਲੰਗਾਹ ਮੁੜ ਤੋਂ ਸਿਆਸਤ ਵਿੱਚ ਸਰਗਰਮ ਹੋਣਾ ਚਾਹੁੰਦਾ ਹੈ, ਇਸ ਲਈ ਉਸਦੀ ਪੰਥ ਵਿੱਚ ਵਾਪਸੀ ਜ਼ਰੂਰੀ ਹੈ। ਸੋ ਇਸ ਲਈ ਉਹ ਇਹਨਾਂ ਇਲਜ਼ਾਮਾਂ ਤੋਂ ਸੁਰਖਰੂ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।